ਗੁਰੂ ਪਿਆਰਿਓ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਜੀਵਨ ਦੇ ਵਿੱਚੋਂ ਅੱਜ ਅਸੀਂ 10 ਗੱਲਾਂ ਬਾਰੇ ਜਾਣਾਂਗੇ ਕਿਉਂਕਿ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਸ਼ਹੀਦੀ ਸਥਾਨ ਗੁਰਦੁਆਰਾ ਰਾਮਸਰ ਸਾਹਿਬ ਜੀ ਦੇ ਨੇੜੇ ਹੀ ਆ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਸ੍ਰੀ ਹਰਮੰਦਰ ਸਾਹਿਬ ਜੀ ਦੀ ਪ੍ਰਕਰਮਾਂ ਵਿੱਚ ਅਸੀਂ ਜਾਣਦੇ ਹਾਂ ਜਿੱਥੇ ਬਾਬਾ ਜੀ ਨੇ ਆਪਣਾ ਸੀਸ ਭੇਟ ਕੀਤਾ ਸੀ ਉੱਥੇ ਵੀ ਪਾਵਨ ਗੁਰਦੁਆਰਾ ਸਾਹਿਬ ਸੁਭਾਏਮਾਨ ਤੇ ਬਾਬਾ ਦੀਪ ਸਿੰਘ ਜੀ ਦਾ ਉਹ ਦੋ ਧਾਰਾ ਖੰਡਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸ਼ਾਸਤਰਾਂ ਵਿੱਚ ਸੰਭਾਲ ਕੇ ਰੱਖਿਆ ਜਿੱਥੇ ਹਰ ਰੋਜ਼ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਆ ਤਾਂ ਅੱਜ ਅਸੀਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜੀਵਨ ਵਿੱਚੋਂ ਉਹ 10 ਬਹੁਤ ਕੰਮ ਆਉਣ ਵਾਲੀਆਂ ਗੱਲਾਂ ਇਹਦੇ ਬਾਰੇ ਵਿਚਾਰ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੀ ਗੱਲ ਮੈਂ ਇੱਥੇ ਦੱਸਣੀ ਚਾਹਨਾ ਬਾਬਾ ਜੀ ਦੇ ਜੀਵਨ ਵਿੱਚੋਂ ਕਿ ਉਹਨਾਂ ਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਜਿੰਨਾ ਪਿਆਰ ਸੀਗਾ ਅੱਜ ਸਾਨੂੰ ਸਿੱਖਿਆ ਲੈਣੀ ਚਾਹੀਦੀ ਆ ਕਿਉਂਕਿ ਜਦੋਂ ਉਹ ਸ਼੍ਰੀ ਅਨੰਦਪੁਰ ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆਉਂਦੇ ਆ ਤੇ ਉਹ ਗੁਰੂ ਦੇ ਬਣ ਕੇ ਰਹਿ ਜਾਂਦੇ ਆ ਉਹਨਾਂ ਦੇ ਮਾਤਾ ਪਿਤਾ ਜੀ ਬਹੁਤ ਕਹਿੰਦੇ ਨੇ ਕਿ ਤੁਸੀਂ ਆਓ ਹੁਣ ਘਰੇ ਚੱਲੋ ਪਰ ਉਹ ਕਹਿੰਦੇ ਨਹੀਂ ਮੈਂ ਤਾਂ ਸ੍ਰੀ ਅਨੰਦਪੁਰ ਸਾਹਿਬ ਹੀ ਰ੍ਹਾਂਗਾ ਤਾਂ ਸਾਡਾ ਵੀ ਗੁਰੂ ਦੇ ਨਾਲ ਇੰਨਾ ਪਿਆਰ ਹੋਣਾ ਚਾਹੀਦਾ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰੂ ਬਿਨ ਮਰ ਜਾਈ ਬਾਬਾ ਦੀਪ ਸਿੰਘ ਜੀ ਦਾ ਜੀਵਨ ਐਸਾ ਸੀ ਜਿਵੇਂ ਬੰਦਾ ਪਾਣੀ ਤੋਂ ਬਿਨਾ ਨਹੀਂ ਨਾ ਰਹਿ ਸਕਦਾ ਪਾਣੀ ਸਾਡਾ ਜੀਵਨ ਹੈਵੇਂ ਸਿੱਖ ਗੁਰੂ ਬਿਨਾ ਨਹੀਂ ਰਹਿ ਸਕਦਾ ਇਨੀ ਪ੍ਰੀਤ ਬਣਾਉਣੀ ਬੜੀ ਜ਼ਰੂਰੀ ਹੋ ਜਾਂਦੀ ਹੈ ਜੀ ਅੱਜਕੱਲ ਦੇ ਜਿਹੜੇ ਲੋਕ ਆ ਉਹ ਦਿਖਾਵੇ ਦੇ ਸਿੱਖ ਜ਼ਿਆਦਾ ਬਣ ਰਹੇ ਆ ਭੇਖੀ ਸਿੱਖਾ ਪਰ ਕੋਈ ਕੋਈ ਆ ਜਿਹਦੇ ਅੰਦਰ ਸੱਚਮੁੱਚ ਸਿੱਖੀ ਆ ਤਾਂ ਸਾਨੂੰ ਵੀ ਭਾਈ ਦਿਖਾਵੇ ਵਾਲੇ ਸਿੱਖ ਨਹੀਂ ਬਣਨਾ ਚਾਹੀਦਾ ਬਾਬਾ ਦੀਪ ਸਿੰਘ ਜੀ ਦੇ ਵਾਂਗ ਉਹਨਾਂ ਦੇ ਜੀਵਨ ਵਿੱਚੋਂ ਸਿੱਖਿਆ ਲੈਣੀ ਚਾਹੀਦੀ ਆ ਦੂਜੀ ਗੱਲ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਸਜਾਇਆ ਉਦੋਂ ਹੀ ਬਾਬਾ ਦੀਪ ਸਿੰਘ ਜੀ ਨੇ ਅੰਮ੍ਰਿਤ ਛਕਿਆ ਸਤਗੁਰੂ ਮਹਾਰਾਜ ਜੀ ਤੋਂ ਛਕਿਆ ਤੇ ਗੁਰਮੁਖ ਪਿਆਰਿਓ ਜਦੋਂ ਉਹਨਾਂ ਨੇ ਅੰਮ੍ਰਿਤ ਛਕ ਲਿਆ ਆਪਣਾ ਨਿਤਨੇਮ ਨਹੀਂ ਉਹਨਾਂ ਨੇ ਕਦੇ ਖੁੰਝਣ ਦਿੱਤਾ ਇੱਕ ਵੀ ਐਸਾ ਦਿਨ ਨਹੀਂ ਹੋਵੇਗਾ ਉਹਨਾਂ ਦੀ ਜ਼ਿੰਦਗੀ ਵਿੱਚ ਜਦੋਂ ਉਹਨਾਂ ਨੇ ਬਾਣੀ ਨਾ ਪੜ੍ਹੀ ਹੋਵੇ ਗੁਰੂ ਦਾ ਨਿਤਨੇਮ ਨਾ ਕੀਤਾ ਹੋਵੇ ਅੱਜ ਅਸੀਂ ਵੇਖਦੇ ਹਾਂ ਗੁਰੂ ਦਾ ਅੰਮ੍ਰਿਤ ਤਾਂ ਅਸੀਂ ਛਕ ਲੈਂਦੇ ਹਾਂ ਪਰ ਗੁਰੂ ਦਾ ਨਿਤਨੇਮ ਕਰਨਾ ਅਸੀਂ ਛੱਡ ਦਿੰਦੇ ਹਾਂ ਇਹ ਗੁਰੂ ਦਾ ਨਿਤਨੇਮ ਹੀ ਸਾਡੀ ਅਸਲ ਪੂੰਜੀ ਹੁੰਦੀ ਆ ਤੇ ਨਿਤਨੇਮ ਕਰਨਾ ਇਹ ਸਿੱਖ ਦੀ ਆਪਣੀ ਮਰਜ਼ੀ ਨਹੀਂ ਇਹ ਗੁਰੂ ਦਾ ਹੁਕਮ ਹੁੰਦਾ ਕੇਸ ਰੱਖਣੇ ਵੀ ਮਨਮਰਜ਼ੀ ਨਹੀਂ ਗੁਰੂ ਦਾ ਹੁਕਮ ਹੁੰਦਾ ਤੇ ਸ਼ਾਸਤਰ ਰੱਖਣੇ ਵੀ ਆਪਣੀ ਮਰਜ਼ੀ ਨਹੀਂ ਇਹ ਵੀ ਗੁਰੂ ਦਾ ਹੁਕਮ ਹੁੰਦਾ ਇਨਾਂ ਸਾਰੀਆਂ ਵਿਚਾਰਾਂ ਚੋਂ ਸਾਨੂੰ ਪਤਾ ਲੱਗਦਾ ਕਿ ਸਾਨੂੰ ਵੀ ਭਾਈ ਗੁਰੂ ਦੀ ਬਾਣੀ ਪੜ੍ਹਨੀ ਚਾਹੀਦੀ ਆ ਜਿਵੇਂ ਮੁਸਲਮਾਨ ਨਮਾਜ਼ ਪੜ੍ਹਦੇ ਆ ਪੰਜ ਵਕਤ ਖੁੰਝਣ ਨਹੀਂ ਦਿੰਦੇ ਸੱਚਾ ਮੁਸਲਮਾਨ ਐਵੇਂ ਸਵੇਰੇ ਤੇ ਸ਼ਾਮ ਨੂੰ ਗੁਰੂ ਨੂੰ ਯਾਦ ਕਰਨਾ ਰੱਬ ਨੂੰ ਚੇਤੇ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਇੱਕ ਸਿੱਖ ਵਾਸਤੇ ਇਹ ਸਿੱਖਿਆ ਸਾਨੂੰ ਬਾਬਾ ਦੀਪ ਸਿੰਘ ਜੀ ਦੇ ਜੀਵਨ ਵਿੱਚੋਂ ਮਿਲਦੀ ਆ ਤੀਜੀ ਗੱਲ ਗੁਰਮਖ ਪਿਆਰਿਓ ਅੱਜ ਕੱਲ ਸਾਡੇ ਬੱਚੇ ਸਕੂਲ ਦੇ ਵਿੱਚ ਪੜਨ ਜਾਂਦੇ ਆ ਤੇ ਮਾਸਟਰ ਜੇਕਰ ਉਹਨਾਂ ਨੂੰ ਅਧਿਆਪਕ ਟੀਚਰ ਉਹਨਾਂ ਦੇ ਕੁਝ ਕਹਿ ਦੇਣ ਮਾੜੀ ਜੀ ਗੱਲ ਤੇ ਗੁੱਸੇ ਹੋ ਜਾਂਦੇ ਆ ਜਦੋਂ ਬਾਬਾ ਦੀਪ ਸਿੰਘ ਜੀ ਸ਼੍ਰੀ ਅਨੰਦਪੁਰ ਸਾਹਿਬ ਰਹਿ ਕੇ ਵਿਦਿਆ ਪੜ੍ਹਦੇ ਹੁੰਦੇ ਸੀ ਉਦੋਂ ਜੇ ਉਸਤਾਦ ਉਹਨਾਂ ਦੇ ਉਹਨਾਂ ਨੂੰ ਕੁਝ ਕਹਿ ਦਿੰਦੇ ਗੁਰੂ ਸਾਹਿਬ ਜੀ ਨੇ ਕੁਝ ਕਹਿ ਦੇਣਾ ਕਿ ਆ ਕੰਮ ਇਸ ਤਰ੍ਹਾਂ ਕਰਨਾ ਤਾਂ ਉਦੋਂ ਉਹਨਾਂ ਨੂੰ ਗੁਰੂ ਦੀਆਂ ਝੜਕਾਂ ਮਿੱਠੀਆਂ ਲੱਗਦੀਆਂ ਸੀ ਜੇ ਗੁਰ ਝੜਕੇ ਤਾਂ ਮਿੱਠਾ ਲੱਗੈ ਜੇ ਬਖਸ਼ੇ ਤਾਂ ਗੁਰ ਵਡਿਆਈ ਮੇਰੇ ਕਹਿਣ ਦਾ ਭਾਵ ਇਹ ਆ ਕਿ ਜੇਕਰ ਸਾਨੂੰ ਸਾਡੇ ਮਾਤਾ ਪਿਤਾ ਕੁਝ ਕਹਿ ਦੇਣ ਸਾਨੂੰ ਉਹਨਾਂ ਦੀਆਂ ਝੜਕਾਂ ਦਾ ਗੁਸਾ ਨਹੀਂ ਕਰਨਾ ਚਾਹੀਦਾ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੇ ਮਾਤਾ ਪਿਤਾ ਜੀ ਬਹੁਤ ਵਾਰ ਕੁਝ ਕਹਿੰਦੇ ਰਹੇ ਪਰ ਉਹਨਾਂ ਨੇ ਕਦੇ ਵੀ ਕੋਈ ਗੁਸਾ ਨਹੀਂ ਕੀਤਾ ਗੁਰਮਖ ਪਿਆਰਿਓ ਉਹਨਾਂ ਵਿੱਚ ਵੀਰ ਰਸ ਤਾਂ ਸੀ ਪਰ ਗੁੱਸਾ ਇੱਕ ਵਿਕਾਰ ਆ ਗੁੱਸਾ ਨਹੀਂ ਸੀ ਬਾਬਾ ਜੀ ਵਿੱਚ ਗੁੱਸਾ ਹੋਰ ਚੀਜ਼ ਆ ਵੀਰ ਰਸ ਉਹ ਸੂਰਮਤਾਈ ਇਹ ਅਲੱਗੇ ਦਾ ਰਸ ਹੁੰਦਾ ਇਹ ਗੁਣ ਹੁੰਦਾ ਗੁੱਸਾ ਔਗਣ ਹੁੰਦਾ ਤਾਂ ਸਾਨੂੰ ਆਪਦੀ ਗੁਰੂ ਦੀਆਂ ਝੜਕਾਂ ਮਾਤਾ ਪਿਤਾ ਦੀਆਂ ਝੜਕਾਂ ਦਾ ਗਿਲਾ ਨਹੀਂ ਕਰਨਾ ਚਾਹੀਦਾ ਸ਼ਿਕਵਾ ਨਹੀਂ ਕਰਨਾ ਚਾਹੀਦਾ ਇਹ ਸਿੱਖਿਆ ਸਾਨੂੰ ਬਾਬਾ ਦੀਪ ਸਿੰਘ ਜੀ ਦੇ ਜੀਵਨ ਵਿੱਚੋਂ ਮਿਲਦੀ ਆ ਅੱਜ ਕੱਲ ਦੇ ਬੱਚੇ ਮਾਤਾ ਪਿਤਾ ਜੀ ਛੋਟੀ ਛੋਟੀ ਗੱਲ ਨਹੀਂ ਸਹਾਰ ਸਕਦੇ ਗੁਰੂ ਸਾਹਿਬ ਦਾ ਕਹਿਣਾ ਨਹੀਂ ਮੰਨ ਰਹੇ ਨਿੱਕੀ ਜੀ ਗੱਲ ਨਹੀਂ ਮੰਨ ਰਹੇ ਕੇਸ ਰੱਖੋ ਦਾੜੇ ਪ੍ਰਕਾਸ਼ ਕਰੋ ਕਈ ਕੇਸ ਰੱਖੀ ਫਿਰਦੇ ਆ ਤੇ ਦਾੜਾ ਪ੍ਰਕਾਸ਼ ਨਹੀਂ ਕਰ ਰਹੇ ਅੱਧੀ ਗੱਲ ਮੰਨੀ ਜਾਂਦੇ ਅੱਧੀ ਛੱਡੀ ਜਾਂਦੇ ਆ ਇਦਾਂ ਨਹੀਂ ਕਰਨਾ ਚਾਹੀਦਾ ਅੱਗੇ ਹਣ ਚੌਥੀ ਗੱਲ ਇਹ ਉਹਨਾਂ ਲੋਕਾਂ ਲਈ ਆ ਜਿਹੜੇ ਆਪਣੇ ਆਪ ਨੂੰ ਕਹਿੰਦੇ ਰਹਿੰਦੇ ਆ ਕੋਈ ਨਾ ਬਹੁਤ ਉਮਰ ਪਈ ਆ ਕੁਝ ਕਰ ਲਾਂਗੇ ਮੈਂ ਉਹਨਾਂ ਨੂੰ ਦੱਸ ਦੇਣਾ ਚਾਹਨਾ ਜਦੋਂ ਬਾਬਾ ਦੀਪ ਸਿੰਘ ਜੀ 20 ਸਾਲ ਦੇ ਹੋਏ ਨਾ 20 ਸਾਲ ਦੀ ਉਮਰ ਵਿੱਚ ਹੀ ਬਾਬਾ ਦੀਪ ਸਿੰਘ ਜੀ ਇੱਕ ਸਿਆਣੇ ਵਿਦਵਾਨ ਸੂਰਬੀਰ ਯੋਧੇ ਬਣ ਗਏ ਸੀ ਇੱਕ ਪਾਸੇ ਤਾਂ ਆਪ ਸਿੱਖ ਸੰਗਤਾਂ ਦੇ ਅੰਦਰ ਪਾਵਨ ਗੁਰਬਾਣੀ ਦਾ ਗਿਆਨ ਕਰਵਾਉਂਦੇ ਤੇ ਦੂਜਾ ਨਮਈ ਧਾਰਮਿਕ ਜੋਸ਼ ਭਰਦੇ ਗਰਮਖ ਪਿਆਰਿਓ ਤੇ ਇਹ ਉੱਚੀ ਉੱਚੀ ਜਦੋਂ ਜਕਾਰੇ ਲਾਉਂਦੇ ਨਾ ਉਦੋਂ ਸਾਰਿਆਂ ਵਿੱਚ ਹੀ ਜੋਸ਼ ਆ ਜਾਂਦਾ ਤੇ ਬਹੁਤ ਘੱਟ ਸੰਗਤ ਨੂੰ ਪਤਾ ਬਾਬਾ ਦੀਪ ਸਿੰਘ ਜੀ ਬਹੁਤ ਸੁੰਦਰ ਕੀਰਤਨ ਕਰਦੇ ਸੀਗੇ ਉਹਨਾਂ ਨੂੰ ਰਾਗ ਵੀ ਆਉਂਦੇ ਸੀਗੇ ਉਹਨਾਂ ਨੇ ਕੀਰਤਨ ਦੀ ਵਿੱਦਿਆ ਵੀ ਸਿੱਖੀ ਆ ਤੇ ਇਹ 20 ਤੋਂ 22 ਸਾਲ ਦੇ ਵਿੱਚ ਵਿੱਚ ਉਹਨਾਂ ਨੇ ਸਭ ਕੁਝ ਸਿੱਖ ਲਿਆ ਸੀ ਮੇਰੇ ਕਹਿਣ ਦਾ ਭਾਵ ਇਹ ਆ ਵੀ ਅੱਜ ਕੱਲ੍ਹ ਅਸੀਂ ਕਹਿੰਦੇ ਰਹਿੰਦੇ ਹਾਂ ਸਾਡਾ ਬੱਚਾ ਛੋਟਾ 20 ਹਾਲ ਦੇ ਨੂੰ ਹੋਏ ਨੂੰ ਆਪਾਂ ਕਹਿੰਨੇ ਹਜੇ ਬੱਚਾ ਹੀ ਆ ਨਹੀਂ ਭਾਈ ਉਮਰ ਉਦੋਂ ਕੱਟੀ ਜਾਂਦੀ ਆ ਲੋਕਾਂ ਦੀ ਥੋੜੀਆਂ ਉਮਰਾਂ ਨੇ ਛੇਤੀ ਤੋਂ ਛੇਤੀ ਸਾਨੂੰ ਚੰਗੀ ਸਿੱਖਿਆ ਲੈ ਲੈਣੀ ਚਾਹੀਦੀ ਆ ਚੰਗੇ ਉਸਤਾਦਾਂ ਕੋਲੋਂ ਰਹਿ ਕੇ ਇਹ ਸਾਨੂੰ ਸਿੱਖਿਆ ਬਾਬਾ ਦੀਪ ਸਿੰਘ ਜੀ ਦੇ ਜੀਵਨ ਵਿੱਚੋਂ ਮਿਲਦੀ ਆ ਜੀ ਅੱਗੇ ਹੁਣ ਪੰਜਵੀਂ ਗੱਲ ਬਾਬਾ ਦੀਪ ਸਿੰਘ ਜੀ ਦੇ ਜੀਵਨ ਵਿੱਚੋਂ ਜਿਹੜੀ ਸਾਨੂੰ ਵੱਡੀ ਸਿੱਖਿਆ ਮਿਲਦੀ ਆ ਉਹ ਇਹ ਆ ਵੀ ਜਦੋਂ ਕੋਈ ਸਾਨੂੰ ਕੰਮ ਕਰਨ ਲਈ ਜ਼ਿੰਮੇਵਾਰੀ ਦਿੱਤੀ ਜਾਵੇ ਉਹਨੂੰ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਕਰਨਾ ਚਾਹੀਦਾ ਕਿਉਂਕਿ ਜਦੋਂ ਕੋਈ ਸਾਨੂੰ ਜ਼ਿੰਮੇਵਾਰੀ ਸੌਂਪ ਕੇ ਜਾਂਦਾ ਉਹਦਾ ਮਤਲਬ ਹੁੰਦਾ ਕਿ ਉਹ ਸਾਡੇ ਤੇ ਵਿਸ਼ਵਾਸ ਕਰਦਾ ਗੁਰਮਖ ਪਿਆਰਿਓ ਜਦੋਂ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਬਿਰਾਜਮਾਨ ਹਨ ਉਦੋਂ ਉੱਥੇ ਉਹਨਾਂ ਦੀ ਡਿਊਟੀ ਲਈ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਤਾਂ ਦੱਖਣ ਵੱਲ ਚਲੇ ਗਏ ਤੇ ਬਾਬਾ ਦੀਪ ਸਿੰਘ ਜੀ ਨੂੰ ਕਿਹਾ ਇਸ ਸਥਾਨ ਦੀ ਸੇਵਾ ਸੰਭਾਲ ਕਰਨੀ ਹੈ ਗੁਰਬਾਣੀ ਪੜ੍ਹਨੀ ਆ ਤੇ ਪੜਾਉਣੀ ਆ ਤੇ ਬਾਬਾ ਦੀਪ ਸਿੰਘ ਜੀ ਨੇ ਇਹ ਸੇਵਾ ਬਹੁਤ ਸ਼ਰਧਾ ਤੇ ਪ੍ਰੇਮ ਨਾਲ ਨਿਭਾਈ ਸੀ ਕਿਉਂਕਿ ਜਦੋਂ ਬਾਬਾ ਦੀਪ ਸਿੰਘ ਜੀ ਇਹ ਕਾਰਜ ਕਰਦੇ ਆ ਪੂਰੇ ਇੱਕ ਮਨ ਇੱਕ ਚਿੱਤ ਹੋ ਕੇ ਕਰਦੇ ਆ ਤੇ ਬਾਬਾ ਦੀਪ ਸਿੰਘ ਜੀ ਨੇ ਤੁਸੀਂ ਹੈਰਾਨ ਹੋ ਜਾਵੋਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਬੀੜਾਂ ਆਪਣੇ ਹੱਥੀਂ ਉਹਨਾਂ ਦਾ ਉਤਾਰਾ ਕੀਤਾ ਜੋ ਕਾਰਜ ਉਹਨਾਂ ਨੂੰ ਦਿੱਤਾ ਗਿਆ ਕਲਗੀ ਤਰਪਾਤ ਸ਼ਾਹ ਜੀ ਦੇ ਵੱਲੋਂ ਉਹਨਾਂ ਨੇ ਬੜੀ ਜ਼ਿੰਮੇਵਾਰੀ ਦੇ ਨਾਲ ਉਹਨਾਂ ਨੂੰ ਨਿਵਾ ਦਿੱਤਾ ਅੱਜ ਕੱਲ ਜਦੋਂ ਬੱਚਿਆਂ ਤੇ ਜ਼ਿੰਮੇਵਾਰੀ ਪਾਈ ਜਾਂਦੀ ਆ ਤੇ ਬੱਚੇ ਜ਼ਿੰਮੇਵਾਰੀ ਵੱਲੋਂ ਭੱਜ ਜਾਂਦੇ ਆ ਵੱਡਾ ਕਾਰਨ ਇਹ ਆ ਆਪਾਂ ਛੋਟੇ ਹੁੰਦਿਆਂ ਨੂੰ ਉਹਨਾਂ ਨੂੰ ਕੁਝ ਸਿਖਾਉਂਦੇ ਨਹੀਂ ਵੱਡੇ ਹੁੰਦਿਆਂ ਤੋਂ ਇੱਕਦਮ ਹੀ ਉਹਨਾਂ ਤੇ ਜ਼ਿੰਮੇਵਾਰੀ ਪਾਉਨੇ ਆ ਫਿਰ ਉਹ ਵੀ ਉਹ ਟਾਲਮਟੋਲੇ ਕਰਦੇ ਰਹਿੰਦੇ ਆ ਤਾਂ ਥੋੜੀ ਥੋੜੀ ਜ਼ਿੰਮੇਵਾਰੀ ਜਦੋਂ ਬੱਚਾ ਕਿਸ਼ੋਰ ਅਵਸਥਾ ਦੇ ਵਿੱਚ ਹੁੰਦਾ ਉਹਨੂੰ ਦੇ ਦੇਣੀ ਚਾਹੀਦੀ ਆ ਖੁਦ ਮੁਖਤਿਆਰੀ ਬਣਾ ਕੇ ਰੱਖ ਲੈਣੀ ਘਰ ਦੀ ਬੱਚਿਆਂ ਨੂੰ ਕੁਝ ਦੱਸਣਾ ਨਾ ਤੇ ਜਦੋਂ ਵੱਡੇ ਹੋ ਜਾਣ ਇੱਕਦਮ ਕਹਿਣਾ ਆ ਤੂੰ ਸੰਭਾਲਾ ਬੜਾ ਔਖਾ ਹੋ ਜਾਂਦਾ ਜੀ ਕਾਰਜ ਬਾਕੀ ਗੁਰੂ ਸਾਹਿਬ ਦੀ ਰਹਿਮਤ ਚਾਹੀਦੀ ਆ ਸਾਨੂੰ ਕੋਈ ਵੀ ਕੰਮ ਵੱੱਦਾ ਚੱਟੀ ਦੇ ਨਾਲ ਨਹੀਂ ਕਰਨਾ ਚਾਹੀਦਾ ਦਿਲ ਨਾਲ ਜਦੋਂ ਕੰਮ ਕਰੋਗੇ ਉਹਦੇ ਵਿੱਚ ਸਫਲਤਾ ਵੀ ਮਿਲੂਗੀ ਇਹ ਬਾਬਾ ਦੀਪ ਸਿੰਘ ਜੀ ਦੇ ਜੀਵਨ ਵਿੱਚੋਂ ਸਾਨੂੰ ਸਿੱਖਿਆ ਮਿਲਦੀ ਜੀ ਵੱਡੀ ਸਿੱਖਿਆ ਇਹ ਅੱਗੇ ਹੁਣ 6ਵੀਂ ਗੱਲ ਬਾਬਾ ਦੀਪ ਸਿੰਘ ਜੀ ਗੱਤਕਾ ਤੇ ਹੋਰ ਜੰਗੀ ਅਭਿਆਸ ਜੁੱਧਾਂ ਦੇ ਅਭਿਆਸ ਕਰਦੇ ਰਹਿੰਦੇ ਸੀ ਸ਼ਾਸਤਰ ਵਿੱਦਿਆ ਦੇ ਅੱਜ ਅਸੀਂ ਇਹ ਸਾਰੀਆਂ ਚੀਜ਼ਾਂ ਛੱਡ ਚੁੱਕੇ ਹਾਂ ਸਾਡੇ ਤੋਂ ਤਾਂ ਅਸੀਂ ਇੰਨੇ ਮਾਇਆਦਾਰੀ ਹੋ ਗਏ ਮੈਨੂੰ ਗੁਰਬਾਣੀ ਦੀ ਪੰਕਤੀ ਯਾਦ ਆਉਂਦੀ ਆ ਇਹ ਸਰੀਰ ਮਾਇਆ ਦਾ ਪੁਤਲਾ ਵਿੱਚ ਹਉਮੈ ਦੁਸ਼ਟੀ ਪਾਈ ਅਸੀਂ ਤਾਂ ਮਾਇਆ ਦੇ ਨਚਾਏ ਨੱਚਦੇ ਆ ਤੇ ਸਾਡੇ ਹਿਰਦੇ ਵਿੱਚ ਹਉਮੈ ਵੀ ਬਹੁਤ ਆ ਮੈਂ ਤਾਂ ਇਹ ਹੀ ਕਹੂੰਗਾ ਅਸੀਂ ਤਾਂ ਸੈਰ ਨਹੀਂ ਕਰ ਸਕਦੇ ਗੱਤਕੇ ਦੇ ਜੋਹਰ ਤਾਂ ਦੂਰ ਦੀ ਗੱਲ ਰਹੀ ਜੋਧ ਅਭਿਆਸ ਸ਼ਸਤਰ ਰੱਖਣੇ ਇਹ ਚੀਜ਼ਾਂ ਤਾਂ ਸਾਡੇ ਲਈ ਐਵੇਂ ਹੋ ਗਈਆਂ ਵੀ ਸਾਨੂੰ ਗੁਰੂ ਸਾਹਿਬ ਦੇ ਜਿਹੜੇ ਬਚਨ ਆ ਉਹਨਾਂ ਤੋਂ ਮੁਨਕਰ ਹੋ ਗਏ ਫਿਰ ਅਸੀਂ ਕਹਿੰਨੇ ਅਸੀਂ ਦੁਖੀ ਕਿਉਂ ਆ ਜਦੋਂ ਗੁਰੂ ਦਾ ਬਚਨ ਆਪਾਂ ਮੰਨਣਾ ਹੀ ਨਹੀਂ ਹੈਗਾ ਆਪਾਂ ਸੁਖੀ ਹੋ ਕਿਵੇਂ ਜਾਵਾਂਗੇ ਬਹੁਤੇ ਪੈਸਿਆਂ ਨਾਲ ਬੰਦੇ ਨੂੰ ਸੁੱਖ ਨਹੀਂ ਮਿਲਦਾ ਪੈਸੇ ਨਾਲ ਸਹੂਲਤ ਮਿਲਦੀ ਆ ਪੈਸੇ ਨਾਲ ਸੋਨੇ ਦਾ ਬੈੱਡ ਖਰੀਦ ਸਕਦੇ ਆ ਨੀਂਦ ਤਾਂ ਨਹੀਂ ਨਾ ਖਰੀਦ ਸਕਦੇ ਜਦੋਂ ਕੰਮ ਹੀ ਮਾੜੇ ਕਰਨੇ ਆ ਨੀਂਦ ਕਿਵੇਂ ਸਹੀ ਆਜੂਗੀ ਪੈਸੇ ਨਾਲ ਦਵਾਈ ਖਰੀਦ ਸਕਦੇ ਆ ਸਿਹਤ ਤਾਂ ਨਹੀਂ ਨਾ ਖਰੀਦ ਸਕਦੇ ਮਹਿੰਗੇ ਤੋਂ ਮਹਿੰਗਾ ਡਾਕਟਰ ਉਹਦੇ ਕੋਲੋਂ ਜਾ ਕੇ ਦਵਾਈ ਲਿਆ ਸਕਦੇ ਪੈਸੇ ਨਾਲ ਸਿਹਤ ਨੂੰ ਠੀਕ ਰੱਖਣ ਲਈ ਸਾਨੂੰ ਉਦਮ ਕਰਨਾ ਪਊਗਾ ਪ੍ਰਾਣੇ ਸਿੰਘ ਜਿਹੜੇ ਸੀ ਕਸਰਤ ਕਰਦੇ ਸੀ ਯੋਧ ਅਭਿਆਸ ਕਰਦੇ ਸੀ ਘੋੜ ਸਵਾਰੀ ਕਰਦੇ ਸੀ ਪਰ ਅੱਜ ਦੇ ਮਨੁੱਖ ਦੀ ਜਿਹੜੀ ਦੌੜ ਆ ਸਿਰਫ ਪੈਸੇ ਪਿੱਛੇ ਹੀ ਦੌੜ ਆ ਉਹਦੀ ਇਸ ਕਰਕੇ ਤੇ ਉਹਨੇ ਸਾਰਾ ਜਿਹੜੀ ਸੀ ਆਪਣਾ ਸਮਾਂ ਪੈਸਾ ਕਮਾਉਂਦੇ ਹੋਏ ਸਾਰਾ ਲੰਗਾ ਦਿੱਤਾ ਮੁੜ ਕੇ ਸਿਹਤ ਖਰਾਬ ਹੋ ਗਈ ਉਹਦੇ ਤੇ ਪੈਸੇ ਲਾ ਦਿੱਤੇ ਇਦਾਂ ਦੀਆਂ ਗੱਲਾਂ ਅਸੀਂ ਆਮ ਹੀ ਦੇਖਦੇ ਆ ਤਾਂ ਸਾਨੂੰ ਬਾਬਾ ਦੀਪ ਸਿੰਘ ਜੀ ਦੇ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਆ ਵੀ ਏਡੀ ਵੱਡੀ ਉਮਰ ਦੇ ਵਿੱਚ ਇੱਕ ਬਜ਼ੁਰਗ ਅਵਸਥਾ ਦੇ ਵਿੱਚ ਉਹ ਏਡਾ ਭਾਰਾ ਖੰਡਾ ਲੈ ਕੇ ਜੰਗ ਦੇ ਮੈਦਾਨ ਵਿੱਚ ਜੂਝਦੇ ਆ ਭਾਵੇਂ ਉਹਨਾਂ ਦੇ ਉੱਪਰ ਗੁਰੂ ਸਾਹਿਬ ਦੀ ਹੀ ਕਿਰਪਾ ਵਾ ਸੀਸ ਤਲੀ ਤੇ ਰੱਖ ਕੇ ਲੜਨਾ ਪਰ ਇਹਦੇ ਨਾਲ ਉਹਨਾਂ ਦੀ ਜਿਹੜੀ ਉਦਮ ਕਰਿੰਦਿਆਂ ਜਿਉਉ ਤੂੰ ਜਿਹੜਾ ਉਹਨਾਂ ਨੇ ਉਦਮ ਕੀਤਾ ਇਹ ਸਾਰਾ ਕੁਝ ਬੜਾ ਜ਼ਰੂਰੀ ਆ ਸਾਡੀ ਜ਼ਿੰਦਗੀ ਦੇ ਵਿੱਚ ਵਿਦਵਾਨ ਕੁਝ ਕਹਿ ਦਿੰਦੇ ਆ ਤੇ ਸੇਤ ਆ ਤੇ ਸਭ ਕੁਝ ਆ ਜੇ ਸੇਤ ਨਹੀਂ ਤਾਂ ਕੁਝ ਵੀ ਨਹੀਂ ਤਾਂ ਜ਼ਰੂਰ ਭਾਈਏ ਅਮਲ ਕਰਨਾ ਚਾਹੀਦਾ ਸਾਨੂੰ ਇਹਨਾਂ ਗੱਲਾਂ ਤੇ ਅਸੀਂ ਪਰ ਟਾਲ ਮਟੋਲੇ ਕਰਦੇ ਆ ਨਾ ਤਾਂ ਅਸੀਂ ਬੰਦਗੀ ਕਰਦੇ ਆ ਨਾ ਸਰੀਰ ਦੀ ਸੰਭਾਲ ਕਰਦੇ ਆ ਇਦਾਂ ਹੀ ਰੱਬ ਵੱਲੋਂ ਮਿਲੇ ਹੋਏ ਦਿਨ ਛਾਲਾ ਮਾਰਦੇ ਲੰਘ ਰਹੇ ਆ ਅਗਲੀ ਗੱਲ 7ਵੀਂ ਗੱਲ ਅਸੀਂ ਬਾਬਾ ਦੀਪ ਸਿੰਘ ਜੀ ਦੇ ਜੀਵਨ ਦੀ ਏ ਸਾਖੀ ਇਤਿਹਾਸ ਵਿੱਚੋਂ ਪੜ੍ਹਦੇ ਆਂ ਵੀ ਉਹਨਾਂ ਨੇ ਆਪਣਾ ਬਚਨ ਕਰਕੇ ਪਾਲਿਆ ਕਿਉਂਕਿ ਜਦੋਂ 1757 ਈਸਵੀ ਦੇ ਵਿੱਚ ਜਦੋਂ ਜਹਾਂ Khan ਤੇ ਬਾਬਾ ਦੀਪ ਸਿੰਘ ਜੀ ਦੀ ਸਿੱਧੀ ਟੱਕਰ ਹੋਈ ਸਾਂਝੇਵਾਰ ਦੇ ਵਿੱਚ ਦੋਹਾਂ ਜਰਨੈਲਾਂ ਦੇ ਸਿਰ ਲੱਥ ਗਏ ਬਾਬਾ ਦੀਪ ਸਿੰਘ ਜੀ ਦਾ ਸੀਸ ਉਹਨਾਂ ਦੇ ਧੜ ਨਾਲੋਂ ਵੱਖ ਹੋ ਗਿਆ ਉਹਨਾਂ ਨੂੰ ਖੱਬੇ ਹੱਥ ਨਾਲ ਸਾਂਭਿਆ ਸੀ ਉਹਨਾਂ ਨੇ ਕਦੋਂ ਜਦੋਂ ਇੱਕ ਗੁਰੂ ਕੇ ਸਿੰਘ ਨੇ ਬੇਨਤੀ ਕੀਤੀ ਸੀ ਬਾਬਾ ਜੀ ਤੁਸੀਂ ਤਾਂ ਆਖਿਆ ਸੀ ਆਪਣਾ ਸੀਸ ਹਰਮੰਦਰ ਸਾਹਿਬੇ ਭੇਟ ਕਰਾਂਗਾ ਤੁਸੀਂ ਤਾਂ ਇਹੀ ਅਰਦਾਸਾਂ ਕਰਦੇ ਹੁੰਦੇ ਸੀ ਸਿੱਖੀ ਸਦਕ ਕੇਸਾਂ ਸਵਾਸਾਂ ਸੰਗ ਨਿਵੇਗਾ ਉਸ ਤੋਂ ਬਾਅਦ ਹੀ ਬਾਬਾ ਦੀਪ ਸਿੰਘ ਜੀ ਆਪਣੀ ਖੱਬੀ ਤਲੀ ਤੇ ਸੀਸ ਧਰ ਕੇ ਰੱਖ ਕੇ ਉਹਨਾਂ ਨੇ ਲੜਨਾ ਕੀਤਾ ਤੇ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿੱਚ ਪਹੁੰਚ ਕੇ ਆਪਣੇ ਕੀਤੀ ਹੋਈ ਅਰਦਾਸ ਦੇ ਬੋਲ ਪਗਾਏ ਤੇ ਸ਼ਹੀਦੀ ਪਾ ਗਏ ਅਸੀਂ ਸਾਰੇ ਜਾਣਦੇ ਆ ਜੀ ਤੇ ਅੱਜ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਬੁੰਗਾ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਬਣਿਆ ਹੋਇਆ ਗੁਰਮੁਖ ਪਿਆਰਿਓ ਬਚਨ ਕਰਕੇ ਪਾਲਣਾ ਇਹ ਬਾਬਾ ਦੀਪ ਸਿੰਘ ਜੀ ਸਾਨੂੰ ਸਿਖਾ ਕੇ ਗਏ ਆ ਤੇ ਮੈਂ ਇਹ ਵੀ ਅੱਜ ਸੰਗਤਾਂ ਦੇ ਨਾਲ ਗੱਲ ਸਾਂਝੀ ਕਰਨੀ ਚਾਹੁੰਨਾ ਕਿ ਬਹੁਤ ਰੌਲਾ ਪਿਆ ਹੋਇਆ ਕਿ ਸਿੱਖ ਧਰਮ ਦੇ ਲੋਕ ਈਸਾਈ ਧਰਮ ਵੱਲ ਜਾ ਰਹੇ ਆ ਉਹਨਾਂ ਨੂੰ ਲਾਲਚ ਦਿੱਤੇ ਜਾ ਰਹੇ ਆ ਕਿਉਂਕਿ ਜ਼ਿਆਦਾ ਕਰਕੇ ਜਿਹੜੇ ਸਿੱਖ ਆ ਉਹਨਾਂ ਨੂੰ ਲਾਲਚ ਦਿੰਦੇ ਆ ਤੁਹਾਡੇ ਬੱਚਿਆਂ ਨੂੰ ਪੜ੍ਹਾਵਾਂਗੇ ਮੈਨੂੰ ਨਹੀਂ ਪਤਾ ਕਿਹੜੇ ਲਾਲਚ ਦਿੱਤੇ ਜਾ ਰਹੇ ਨੇ ਪਰ ਪਿੱਛੇ ਜੇ ਬੜੀ ਵਿਦਵਾਨਾਂ ਵੱਲੋਂ ਇੱਕ ਚਿੰਤਾ ਹੋਈ ਕਿ ਸਿੱਖ ਧਰਮ ਵਾਲੇ ਲੋਕ ਇਸਾਈ ਬਣ ਰਹੇ ਆ ਤੇ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਵਿਸ਼ਵਾਸ ਦੇ ਨਾਲ ਜਦੋਂ ਤੱਕ ਮਾਝੇ ਦੀ ਧਰਤੀ ਤੇ ਬਾਬਾ ਦੀਪ ਸਿੰਘ ਜੀ ਦਾ ਪਹਿਰਾ ਹੈ ਗੁਰਮਖ ਪਿਆਰਿਓ ਸਿੱਖਾਂ ਦਾ ਕੋਈ ਨਾਮ ਨਿਸ਼ਾਨ ਨਹੀਂ ਮਿਟਾ ਸਕਦਾ ਇੰਨੀ ਕਿਸੇ ਵਿੱਚ ਹਿੰਮਤ ਨਹੀਂ ਹੈਗੀ ਜਦੋਂ ਸੰਗਤਾਂ ਈਸਾਈ ਬਣਨ ਲੱਗੀਆਂ ਇਧਰੋਂ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਪਿਆਰ ਵਿੱਚ ਆ ਕੇ ਬਹੁਤ ਸਾਰੀਆਂ ਸੰਗਤਾਂ ਐਤਵਾਰ ਨੂੰ ਸ਼ਹੀਦਾਂ ਸਾਹਿਬ ਜਿਹੜਾ ਗੰਜ ਸ਼ਹੀਦਾਂ ਦਾ ਸਥਾਨ ਆ ਬਾਬਾ ਦੀਪ ਸਿੰਘ ਜੀ ਦਾ ਉੱਥੇ ਇਤਨੀ ਸੰਗਤ ਹੁੰਦੀ ਆ ਇਤਨੀ ਸੰਗਤ ਹੁੰਦੀ ਆ ਕਿ ਉਹ ਰਸਤਾ ਬੰਦ ਹੋ ਜਾਂਦਾ ਸਾਰਾ ਤੇ ਦੂਜੇ ਪਾਸੇੋਂ ਦੀ ਟ੍ਰੈਫਿਕ ਲੰਘਦਾ ਸ਼੍ਰੀ ਅੰਮ੍ਰਿਤਸਰ ਪਾਵਨ ਧਰਤੀ ਤੇ ਮੈਂ ਇਹ ਆਪ ਜੀ ਨੂੰ ਦੱਸਣਾ ਚਾਹਨਾ ਕਿ ਆਪਣੇ ਹੀ ਸਿੱਖਾਂ ਨੂੰ ਸਾਨੂੰ ਇਸ ਤਰ੍ਹਾਂ ਨਹੀਂ ਆਖਣਾ ਚਾਹੀਦਾ ਤੇ ਨਾਲੇ ਜਿਹੜੇ ਇਸਾਈ ਧਰਮ ਅਪਣਾਉਂਦੇ ਆ ਉਹ ਕਦੇ ਸਿੱਖ ਹੋ ਹੀ ਨਹੀਂ ਸਕਦੇ ਉਹਨਾਂ ਨੂੰ ਸਿੱਖਾਂ ਦੀ ਗਿਣਤੀ ਵਿੱਚ ਨਾ ਲਿਆ ਕਰੋ ਜੀ ਤੇ ਅਸੀਂ ਕੋਈ ਇਹ ਗਿਣਤੀ ਨਹੀਂ ਕਰਨੀ ਵੀ ਇਹ ਇੰਨੇ ਸਿੱਖ ਹੋਗੇ ਸਿੱਖ ਇਸ ਦੇ ਵਿੱਚ ਤਾਂ ਇੱਕ ਹੀ ਹੋਵੇ ਭਾਵੇਂ ਦੋ ਹੋਣ ਬਾਬਾ ਗਰਜਾ ਸਿੰਘ ਜੀ ਤੇ ਬਾਬਾ ਬੋਤਾ ਸਿੰਘ ਜੀ ਵਰਗੇ ਉਹ ਸਿੱਖ ਹੁੰਦੇ ਆ ਜਿਹੜਾ 4 ਪੈਸਿਆਂ ਦੇ ਲਾਲਚ ਵਿੱਚ ਆ ਕੇ ਸਿੱਖੀ ਛੱਡ ਰਿਹਾ ਉਹਨੂੰ ਤੁਸੀਂ ਕਿਵੇਂ ਕਹਦੋਂਗੇ ਉਹ ਗੁਰੂ ਦਾ ਸਿੱਖ ਆ ਉਹ ਤਾਂ ਪੈਸੇ ਦਾ ਪੁੱਤ ਆ ਇਸ ਕਰਕੇ ਇਹਨਾਂ ਗੱਲਾਂ ਦੀ ਚਿੰਤਾ ਨਹੀਂ ਕਰਨੀ ਤਾਂ ਇਹ ਗੱਲ ਕਰਨੀ ਵੀ ਇੱਥੇ ਅੱਜ ਜ਼ਰੂਰੀ ਸੀ ਜਦੋਂ ਤੱਕ ਬਾਬਾ ਦੀਪ ਸਿੰਘ ਜੀ ਦਾ ਪਹਿਰਾ ਹੈ ਸ਼ਹੀਦੀ ਫੌਜਾਂ ਦਾ ਪਹਿਰਾ ਸਿੱਖ ਕੌਮ ਦਾ ਵਾਲੰਟੀਅਰ ਨਹੀਂ ਹੋ ਸਕਦਾ ਜੀ ਤੇ ਬਾਬਾ ਦੀਪ ਸਿੰਘ ਜੀ ਨੇ ਭਾਣਾ ਮੰਨਣਾ ਹੀ ਸਾਨੂੰ ਸਿਖਾਇਆ ਜ਼ੁਲਮ ਦਾ ਟੱਕਰਾ ਕਰਨਾ ਉਹਨਾਂ ਨੇ ਸਾਨੂੰ ਸਿਖਾਇਆ ਅਗਲੀ 8ਵੀਂ ਗੱਲ ਉਹਨਾਂ ਦੇ ਜੀਵਨ ਵਿੱਚੋਂ ਜਿਹੜੀ ਸਾਨੂੰ ਸਿੱਖਣ ਨੂੰ ਮਿਲਦੀ ਆ ਕਿ ਅਸੀਂ ਗੁਰੂ ਸਾਹਿਬ ਜੀ ਨੂੰ ਕੁਝ ਚੀਜ਼ ਦਾਨ ਕਰਕੇ ਆਪਣਾ ਨਾਮ ਲਿਖਾਉਨੇ ਆ ਅੱਜ ਲੋਕ ਕਰਦੇ ਆ ਨਾ ਮਾਰਬਲ ਪੱਥਰ ਲਗਾਇਆ ਜਾਂਦਾ ਆਪਣਾ ਨਾਮ ਲਿਖਾ ਦਿਓ ਜੀ ਕੋਈ ਚੀਜ਼ ਦਾਨ ਕੀਤੀ ਆਪਣਾ ਨਾਮ ਲਿਖਾ ਦਿਓ ਜੀ ਤੇ ਬਾਬਾ ਦੀਪ ਸਿੰਘ ਜੀ ਦੇ ਜੀਵਨ ਨੂੰ ਆਪਾਂ ਜਦੋਂ ਵੇਖਦੇ ਆ ਉਹਨਾਂ ਨੇ ਆਖ ਦਿੱਤਾ ਕਿ ਮੈਂ ਆਪਣਾ ਸੀਸ ਭੇਟ ਕਰ ਦੇਵਾਂਗਾ ਗੁਰੂ ਅੱਗੇ ਪਰ ਕਦੇ ਵੀ ਨਹੀਂ ਆਖਿਆ ਕਿ ਮੈਂ ਦੀਪ ਸਿੰਘ ਆ ਤਾਂ ਮੈਨੂੰ ਇਸ ਤਰ੍ਹਾਂ ਕਹੋ ਕਦੇ ਵੀ ਨਹੀਂ ਸਤਿਗੁਰੂ ਅੱਗੇ ਸੀਸ ਭੇਟ ਦਿਓ ਜੇ ਸਤਿਗੁਰੂ ਸਾਚੇ ਭਾਗ ਤਾਂ ਸਾਡੀ ਸਿੱਖ ਕੌਮ ਦੇ ਵਿੱਚ ਇਹੋ ਜਿਹੇ ਬਾਬਾ ਜੀ ਦੀਪ ਸਿੰਘ ਜੀ ਵਰਗੇ ਯੋਧੇ ਹੋਏ ਅਮਰ ਸ਼ਹੀਦ ਹੋਏ ਹਨ ਜਿਨ੍ਹਾਂ ਤੇ ਐਸੀ ਕਿਰਪਾ ਹੈ ਏਡੀ ਕਿਰਪਾ ਆਪ ਦਾ ਸੀਸ ਭੇਟ ਕਰਕੇ ਵੀ ਕਹਿ ਦਿੰਦੇ ਆ ਕਿ ਮੈਂ ਕੁਝ ਨਹੀਂ ਹਾਂ ਤੇ ਇੱਥੇ ਆਪਾਂ ਗੁਰੂ ਨੂੰ ਥੋੜਾ ਜਿਹਾ ਦਾਨ ਕਰਕੇ ਉਹਦੇ ਦਿੱਤੇ ਚੋਂ ਨਾਲੇ ਕਰਦੇ ਆ ਤੇ ਆਪਣਾ ਨਾਮ ਲਿਖਾਉਂਦੇ ਆ ਕਿੱਡੀ ਸਾਡੇ ਵਾਸਤੇ ਸ਼ਰਮ ਦੀ ਗੱਲ ਆ ਕੰਧਾਂ ਤੇ ਨਾਮ ਲਿਖਾਉਂਦੇ ਆ ਲੋਕ ਮਾਰਬਲ ਤੇ ਨਾਮ ਲਿਖਾਈ ਜਾਂਦੇ ਆ ਐਂਬੂਲੈਂਸ ਗੁਰਦੁਆਰਾ ਸਭ ਨੂੰ ਦਾਨ ਕਰਤੀ ਉਹਦੇ ਤੇ ਨਾਮ ਲਿਖਾਈ ਜਾਂਦੇ ਆ ਹੈਰਾਨੀ ਦੀ ਹਾਦੀ ਹੋ ਜਾਂਦੀ ਆ ਉਦੋਂ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਪੱਖਿਆਂ ਤੇ ਨਾਮ ਲਿਖਿਆ ਸਾਨੂੰ ਨਜ਼ਰ ਆਉਂਦਾ ਗੁਰੂ ਕੀ ਆ ਗੁਰੂ ਨੂੰ ਇੱਕ ਖਲੌਣਾ ਬਣਾ ਦਿੱਤਾ ਆਪ ਅਸੀਂ ਉੱਚੇ ਹੋ ਗਏ ਆ ਇਹ ਗਲਤੀ ਜੇ ਤੁਸੀਂ ਕਰਦੇ ਹੋ ਕਦੇ ਵੀ ਨਹੀਂ ਕਰਨੀ ਤੇ ਗੁਪਤ ਦਾਨ ਲਿਖਾਉਣ ਦੀ ਵੀ ਕੀ ਲੋੜ ਆ ਗੁਰਮਖ ਪਿਆਰਿਓ ਜਦੋਂ ਦੇ ਦਿੱਤਾ ਤੇ ਗੁਪਤ ਵੀ ਕਿਉਂ ਲਿਖਣਾ ਜੇ ਲਿਖ ਦਿੱਤਾ ਗੁਪਤ ਦਾਨ ਉਹ ਵੀ ਲਿਖੇ ਚ ਆ ਗਿਆ ਕੁਝ ਵੀ ਨਹੀਂ ਕਹਿਣਾ ਬਸ ਗੁਰੂ ਮਹਾਰਾਜ ਅੱਗੇ ਜਾਣਾ ਹੈ ਬਾਬਾ ਦੀਪ ਸਿੰਘ ਜੀ ਵਾਂਗ ਆਪਣੀ ਮੱਤ ਜਿਹੜੀ ਮੈਲੀ ਹੋਈ ਆ ਉਹ ਗੁਰੂ ਸਾਹਿਬ ਜੀ ਨੂੰ ਭੇਟ ਕਰਨੀ ਆ ਗੁਰੂ ਉਹਨੂੰ ਮੈਲੀ ਮੱਤ ਨੂੰ ਸਾਫ਼ ਕਰ ਸਕਦਾ ਸਤਗੁਰ ਖੋਟਿਓ ਖਰੇ ਕਰੇ ਅਸੀਂ ਬੜੇ ਖੋਟੇ ਆ ਜੀ ਖੋਟੇ ਸਿੱਕੇ ਆ ਤੇ ਗੁਰੂ ਸਾਡਾ ਉਹਨੂੰ ਖਰੇ ਬਣਾ ਸਕਦਾ ਇਹ ਗੁਰੂ ਵਿੱਚ ਸ਼ਕਤੀ ਆ ਅੱਗੇ ਹੁਣ ਦਸਵੀਂ ਗੱਲ ਜਿਹੜੀ ਬਹੁਤ ਜ਼ਰੂਰੀ ਆ ਜੇ ਅਸੀਂ ਇਹ ਨਾਮ ਸੁਣੀ ਗੁਰਮਖ ਪਿਆਰਿਓ ਤੇ ਗੱਲ ਅਧੂਰੀ ਰਹਿ ਜਾਵੇਗੀ ਬਾਬਾ ਦੀਪ ਸਿੰਘ ਜੀ ਕੌਣ ਹਨ ਸ਼ਹੀਦ ਮਿਸਲ ਦੇ ਮੁਖੀ ਉਹਨਾਂ ਨੂੰ ਕਿਹਾ ਜਾਂਦਾ ਤੇ ਬਾਬਾ ਦੀਪ ਸਿੰਘ ਜੀ ਕੋਲ ਜਿੰਨੀ ਵੀ ਸ਼ਕਤੀ ਆਪਾਂ ਵੇਖਦੇ ਆਂ ਜੋ ਵੀ ਕਲਾ ਕਿੱਥੋਂ ਆਈ ਆ ਸਭ ਕੁਝ ਕਿੱਥੋਂ ਉਹਨਾਂ ਨੇ ਪ੍ਰਾਪਤ ਕੀਤਾ ਸਤਿਗੁਰੂ ਮਹਾਰਾਜ ਦੀ ਬਾਣੀ ਵਿੱਚੋਂ ਹੀ ਪ੍ਰਾਪਤ ਕੀਤਾ ਕਿਉਂਕਿ ਬਾਬਾ ਜੀ ਦਸਮ ਪਾਤਸ਼ਾਹ ਜੀ ਦੇ ਹਜ਼ੂਰੀ ਸਿੰਘਾਂ ਵਿੱਚੋਂ ਸੀਗੇ ਤੇ ਇਹਨਾਂ ਦਾ ਜਿਹੜਾ ਜਨਮ ਆ ਉਹ ਵੀ ਮੈਂ ਥੋੜਾ ਦੱਸ ਦਾਂ ਸੰਗਤ ਨੂੰ 1682 ਈਸਵੀ ਨੂੰ ਪਿੰਡ ਪਹੂ ਵਿੰਡ ਇਹ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਪੈਂਦਾ ਪਿੰਡ ਉੱਥੇ ਹੋਇਆ ਪਹਿਲਾਂ ਇਹ ਲਾਹੌਰ ਦੇ ਵਿੱਚ ਪੈਂਦਾ ਸੀਗਾ ਅੱਜ ਕੱਲ ਇਹ ਅੰਮ੍ਰਿਤਸਰ ਦੇ ਵਿੱਚ ਆ ਬਾਬਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਅੰਮ੍ਰਿਤ ਛਕਿਆ ਤੇ ਜਦੋਂ ਗੁਰੂ ਸਾਹਿਬ ਜੀ ਦਮਦਮਾ ਸਾਹਿਬ ਦੀ ਧਰਤੀ ਤੇ ਆਏ ਉਦੋਂ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਸੇਵਾ 'ਚ ਰਹੇ ਆ ਸ਼ਕਤੀ ਸਾਰੀ ਉਹਨਾਂ ਨੂੰ ਸੇਵਾ ਸਿਮਰਨ ਵਿੱਚੋਂ ਮਿਲੀ ਆ ਇਹਦਾ ਮੈਂ ਤੁਹਾਨੂੰ ਇੱਕ ਅੱਜ ਵੀ ਇਹਦਾ ਸਾਰਾ ਤੁਹਾਨੂੰ ਪਤਾ ਲੱਗ ਜਾਵੇਗਾ ਪ੍ਰਤਾਪ ਜਦੋਂ ਕਦੇ ਤੁਸੀਂ ਸ੍ਰੀ ਦਮਦਮਾ ਸਾਹਿਬ ਜਾਓ ਉੱਥੇ ਇੱਕ ਭੋਰਾ ਸਾਹਿਬ ਬਣਿਆ ਹੋਇਆ ਬਾਬਾ ਦੀਪ ਸਿੰਘ ਜੀ ਦਾ ਜਦੋਂ ਕਦੇ ਦਰਸ਼ਨ ਕਰੋਗੇ ਉਹ ਜਗ੍ਹਾ ਤੇ ਇਤਨੀ ਸ਼ਾਂਤੀ ਆ ਉਹਨੂੰ ਮੈਂ ਸ਼ਬਦਾਂ ਚ ਨਹੀਂ ਦੱਸ ਪਾਵਾਂਗਾ ਗੁਰਮੁਖ ਪਿਆਰਿਓ ਜਦੋਂ ਤੁਸੀਂ ਆਪ ਕਦੇ ਗੁਰੂ ਕੀ ਕਾਂਸ਼ੀ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜਾਓ ਨਾ ਉੱਥੇ ਜਾ ਕੇ ਜਦੋਂ ਤੁਸੀਂ ਨਤਮਸਤਕ ਹੋਮੋਗੇ ਦਰਬਾਰ ਸਾਹਿਬ ਤਾਂ ਹੈ ਹੀ ਆਲੀ ਸ਼ਾਨ ਬੜਾ ਸੁੰਦਰ ਆ ਉੱਥੇ ਸੇਵਾਦਾਰਾਂ ਨੂੰ ਕਹਿਣਾ ਕਿ ਅਸੀਂ ਬਾਬਾ ਦੀਪ ਸਿੰਘ ਜੀ ਦੇ ਭੋਰਾ ਸਾਹਿਬ ਦੇ ਦਰਸ਼ਨ ਕਰਨੇ ਆ। ਜਦੋਂ ਤੁਸੀਂ ਦਰਸ਼ਨ ਕਰੋਗੇ ਪੌੜੀਆਂ ਉਤਰ ਕੇ ਜਾਓਗੇ ਇਤਨੀ ਸ਼ਾਂਤੀ ਇਤਨਾ ਸਕੂਨ ਪਤਾ ਲੱਗਦਾ ਵੀ ਇੱਥੇ ਬਾਬਾ ਦੀਪ ਸਿੰਘ ਜੀ ਨੇ ਜਿਹੜੀ ਬੰਦਗੀ ਕੀਤੀ ਸੀ ਅੱਜ ਵੀ ਉਹ ਹਾਜ਼ਰ ਹਨ। ਕਿਉਂਕਿ ਉਹ ਜਗ੍ਹਾ ਹੀ ਭਾਗਾਂ ਵਾਲੀ ਹੋ ਜਾਂਦੀ ਆ। ਇੱਥੇ ਰੱਬ ਦੇ ਪਿਆਰੇ ਸ਼ਹੀਦ ਸਿੰਘ ਬੰਦਗੀ ਕਰਦੇ ਆ। ਤੇ ਜਦੋਂ ਤੁਸੀਂ ਉੱਥੇ ਬੈਠ ਕੇ ਪਾਠ ਕਰੋਗੇ ਤੁਹਾਨੂੰ ਮਹਿਸੂਸ ਹੋਵੇਗਾ। ਉਹ ਜਗ੍ਹਾ ਦੀਆਂ ਕਿਰਨਾ ਵਾਈਬ੍ਰੇਸ਼ਨ ਹੁੰਦੀ ਆ ਹਰ ਜਗ੍ਹਾ ਦੀ ਅਲੱਗ ਹੀ ਆ ਤੇ ਇਹ ਤੁਹਾਨੂੰ ਜਾਣਾ ਪਵੇਗਾ ਉੱਥੇ ਦਰਸ਼ਨ ਕਰਨੇ ਪੈਣਗੇ ਕਿਉਂਕਿ ਮੈਂ ਜਿੰਨਾ ਮਰਜ਼ੀ ਬੋਲ-ਬੋਲ ਕੇ ਕਹੀ ਚੱਲਾਂ ਬੋਲਾਂ ਦੇ ਦੁਆਰਾ ਨਹੀਂ ਇਹ ਚੀਜ਼ ਸਮਝੀ ਜਾਂਦੀ ਜਦੋਂ ਤੱਕ ਆਪ ਨਹੀਂ ਜਾ ਕੇ ਤੁਸੀਂ ਮਹਿਸੂਸ ਕਰਦੇ ਤੇ ਬਾਬਾ ਜੀ ਵੱਡੇ ਵਿਦਵਾਨ ਤੇ ਬਾਬਾ ਜੀ ਦੀ ਲਿਖਾਈ ਇਤਨੀ ਸੁੰਦਰ ਗੁਰਮੁਖ ਪਿਆਰਿਓ ਉਹਨਾਂ ਨੇ 4 ਬੀੜਾਂ ਆਪ ਦੇ ਹੱਥੀਂ ਤਿਆਰ ਕੀਤੀਆਂ ਸੋਹਣੀ ਲਿਖਾਈ ਵਿੱਚ ਇੱਕ ਸ੍ਰੀ ਪਟਨਾ ਸਾਹਿਬ ਉਹਨਾਂ ਵਿੱਚੋਂ ਇੱਕ ਸ੍ਰੀ ਅਕਾਲ ਤਖਤ ਸਾਹਿਬ ਇੱਕ ਸ੍ਰੀ ਆਨੰਦਪੁਰ ਸਾਹਿਬ ਇੱਕ ਸਰੂਪ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਸ਼ਿਸ਼ੋਭਤ ਕੀਤਾ। ਬਾਬਾ ਜੀ ਹਰੇਕ ਜੰਗ ਦੇ ਵਿੱਚ ਅੱਗੇ ਹੋ ਕੇ ਜੂਝਿਆ। ਇਸ ਕਰਕੇ ਤੇ ਆਪਜੀ ਦੇ ਜੱਥੇ ਦਾ ਨਾਮ ਸ਼ਹੀਦਾਂ ਦਾ ਜੱਥਾ ਪੈ ਗਿਆ ਸੀ। ਤੇ ਬਾਬਾ ਜੀ ਕਦੇ ਵੀ ਸ੍ਰੀ ਹਰਮੰਦਰ ਸਾਹਿਬ ਦੇ ਸਰੋਵਰ ਦੀ ਹੋ ਰਹੀ ਬਿਆਦਵੀ ਉਹਨੂੰ ਬਰਦਾਸ਼ਤ ਨਹੀਂ ਸੀ ਕਰ ਸਕਦੇ ਗੁਰਮਖ ਪਿਆਰਿਓ ਸਾਨੂੰ ਵੀ ਭਾਵੇਂ ਕਿ ਬਾਬਾ ਦੀਪ ਸਿੰਘ ਜੀ ਦਾ ਆਪਣਾ ਬਹੁਤ ਤਪਾ ਜਾਪਾ ਸਿਮਰਨ ਸੇਵਾ ਕੀਤੀ ਉਹਨਾਂ ਨੇ ਸਾਨੂੰ ਉਹਨਾਂ ਦੇ ਜੀਵਨ ਵਿੱਚੋਂ ਸਿੱਖਿਆ ਲੈ ਲੈਣੀ ਚਾਹੀਦੀ ਆ ਅਸੀਂ ਉਹਨਾਂ ਵਰਗੇ ਤਾਂ ਨਹੀਂ ਬਣ ਸਕਦੇ ਪਰ ਉਹਨਾਂ ਦੇ ਦੱਸੇ ਮਾਰਗ ਤੇ ਜ਼ਰੂਰ ਚੱਲ ਸਕਦੇ ਆ ਅੱਜ ਸ਼ਹੀਦਾਂ ਸਾਹਿਬ ਸੰਗਤਾਂ ਬਹੁਤ ਜਾਂਦੀਆਂ ਨੇ ਸੇਵਾ ਵੀ ਬਹੁਤ ਕਰਦੀਆਂ ਨੇ ਪਾਠ ਵੀ ਬਹੁਤ ਕਰਦੀਆਂ ਨੇ ਪਰ ਉਹ ਜਿਹੜਾ ਪਾਠ ਆ ਭਾਈ ਇੱਥੇ ਮੈਂ ਜ਼ਰੂਰ ਕਹੂੰਗਾ ਕਿ ਇੱਛਾ ਰੱਖ ਕੇ ਨਾ ਹੀ ਕੀਤਾ ਜਾਵੇ ਤਾਂ ਬਿਹਤਰ ਆ ਸਗੋਂ ਬਾਬਾ ਦੀਪ ਸਿੰਘ ਜੀ ਦੇ ਪਿਆਰ ਵਿੱਚ ਕਰਨਾ ਚਾਹੀਦਾ ਸਾਨੂੰ ਜੇ ਆਪਾਂ ਇੱਛਾ ਰੱਖ ਕੇ ਪਾਠ ਕਰਦੇ ਆ ਬਿੰਦ ਤੁਦ ਹੋਰ ਜੇ ਮੰਗਣਾ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਸਿਰ ਦੁੱਖਾਂ ਕੇ ਦੁੱਖ ਰੱਬ ਤੋਂ ਰੱਬ ਨੂੰ ਛੱਡ ਕੇ ਕੁਝ ਹੋਰ ਮੰਗਣਾ ਦੁੱਖ ਮੰਗਣਾ ਹੀ ਹੁੰਦਾ ਤਾਂ ਤੁਹਾਨੂੰ ਭਾਈ ਕਿ ਇਦਾਂ ਸਿੰਘਾਂ ਦੇ ਪਿਆਰ ਵਿੱਚ ਅੱਗੇ ਬਾਣੀ ਪੜ੍ਹਨੀ ਚਾਹੀਦੀ ਆ ਨਾ ਕਿ ਕੋਈ ਇੱਛਾ ਰੱਖ ਕੇ ਵੀ ਆ ਮੈਂ ਇਹਨੇ ਪਾਠ ਕਰੂੰਗਾ ਮੈਨੂੰ ਆ ਦੇ ਦੇਣਾ ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰਨੀ ਮੈਂ ਕਹੂੰਗਾ ਵੀ ਅਸੀਂ ਇੱਕ ਵੱਡੇ ਦਾਤੇ ਤੋਂ ਛੋਟੀ ਜੀ ਚੀਜ਼ ਮੰਗ ਰਹੇ ਹਾਂ ਸਾਨੂੰ ਤਾਂ ਸਿੱਖੀ ਮੰਗਣੀ ਚਾਹੀਦੀ ਆ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸਾਨੂੰ ਤਾਂ ਇਹ ਮੰਗਣਾ ਚਾਹੀਦਾ ਗੁਰੂ ਕੋਲੋਂ ਪਰ ਅਸੀਂ ਹਜੇ ਸਾਡੀ ਸੋਚ ਹੀ ਉੱਥੇ ਕਾ ਇਸ ਕਰਕੇ ਗੁਰੂ ਮਹਾਰਾਜ ਤਾਂ ਸਾਨੂੰ ਬਹੁਤ ਕੁਝ ਸਮਝਾਉਂਦੇ ਆ ਪਰ ਸਾਡੇ ਵਿੱਚ ਹੋਮੇ ਹੋਣ ਕਰਕੇ ਸਾਡੇ ਕੰਨ ਜਿਹੜੇ ਲੋੜ ਤੋਂ ਵੱਧ ਪਰਦੇ ਆ ਨਾ ਕੱਜੇ ਹੋਏ ਆ ਸਾਨੂੰ ਸੁਣਦਾ ਨਹੀਂ ਨਾ ਤਾਂ ਸਾਨੂੰ ਗੁਰੂ ਦੀ ਮਰਿਆਦਾ ਸੁਣਦੀ ਆ ਨਾ ਹੀ ਗੁਰੂ ਦੇ ਸਿਧਾਂਤ ਸਾਨੂੰ ਪੂਰਨ ਰੂਪ ਵਿੱਚ ਪਤਾ ਲੱਗ ਪਾਉਂਦੇ ਆ ਅਸੀਂ ਅੱਜ ਵੀ ਜਾਤਾਂ ਪਾਤਾਂ ਵਿੱਚ ਬੰਡੇ ਹੋਏ ਆ ਜਦੋਂ ਕਿ ਬਾਬਾ ਦੀਪ ਸਿੰਘ ਜੀ ਵਰਗੇ ਸਾਨੂੰ ਇੱਕ ਕਰਦੇ ਰਹੇ ਆ ਉਹਨਾਂ ਮਹਾਨ ਜਰਨੈਲ ਯੋਧਿਆਂ ਨੇ ਤਾਂ ਬੜੀ ਕੋਸ਼ਿਸ਼ ਕੀਤੀ ਪਰ ਅਸੀਂ ਉਹ ਲੋਕਾਂ ਜਿਹੜੇ ਗੁਰੂ ਦੇ ਦੱਸੇ ਸਿਧਾਂਤਾਂ ਤੇ ਇਸ ਕਰਕੇ ਨਹੀਂ ਚੱਲ ਸਕਦੇ ਕਿਉਂਕਿ ਸਾਨੂੰ ਆਪਣੀ ਨੱਕ ਦੀ ਬਾਲੀ ਫਿਕਰ ਆ ਅਸੀਂ ਆਪਣਾ ਨੱਕ ਰੱਖਣ ਵਾਸਤੇ ਕਿਸੇ ਦਾ ਮੂੰਹ ਰੱਖਣ ਵਾਸਤੇ ਗੁਰੂ ਦੀ ਮਰਿਆਦਾ ਤੋਂ ਪਾਸੇ ਹੋ ਰਹੇ ਹਾਂ ਅੱਜ ਥੋੜਾ ਜਿਹਾ ਸਾਨੂੰ ਧਿਆਨ ਦੇਣ ਦੀ ਲੋੜ ਆ ਗੁਰਮਖ ਪਿਆਰਿਓ ਏਕੇ ਵਿੱਚ ਹੀ ਬਰਕਤ ਹੁੰਦੀ ਆ ਤਾਂ ਈਸਾਈ ਧਰਮ ਜਿਹੜਾ ਵੱਧ ਰਿਹਾ ਇਹ ਇੱਕ ਵਿਦਵਾਨਾਂ ਦਾ ਕਹਿਣਾ ਕਥਨ ਆ ਕਿ ਵੱਡੀ ਚਿੰਤਾ ਦਾ ਵਿਸ਼ਾ ਚਿੰਤਾ ਦਾ ਵਿਸ਼ਾ ਜ਼ਰੂਰ ਹੋ ਸਕਦਾ ਪਰ ਜੇ ਅਸੀਂ ਬਾਬਾ ਦੀਪ ਸਿੰਘ ਜੀ ਵਰਗੇ ਮਹਾਨ ਜਰਨੈਲ ਯੋਧਿਆਂ ਦਾ ਜੀਵਨ ਪੜਹੀਏ ਵਿਚਾਰੀਏ ਤੇ ਜਾਣੀਏ ਕਿ ਸਾਡਾ ਇਤਿਹਾਸ ਕਿੰਨਾ ਗੌਰਵਮਈ ਆ ਕਿੰਨੂ ਕਿੰਨਾ ਸਾਨੂੰ ਮਾਣ ਹੁੰਦਾ ਵੀ ਸਾਡੀ ਸਿੱਖ ਕੌਮ ਦੇ ਵਿੱਚ ਅਜਿਹੇ ਯੋਧੇ ਹੋਏ ਆ ਤਾਂ ਅਸੀਂ ਕਿਉਂ ਅਸਾਈ ਬਣਾਂਗੇ ਸਾਡੇ ਵਿੱਚ ਪ੍ਰਚਾਰ ਅਜੇ ਕਮੀ ਬਹੁਤ ਆ ਸਾਡੇ ਇੰਨੇ ਸ਼ਹੀਦ ਹੋ ਜਾਣ ਤੇ ਗੁਰਮੁਖ ਪਿਆਰਿਓ ਤੇ ਸਾਨੂੰ ਅਜੇ ਤੱਕ ਪ੍ਰਚਾਰ ਹੀ ਨਹੀਂ ਕਰਨ ਆਇਆ ਅਸੀਂ ਜਦੋਂ ਜੀਸਸ ਕ੍ਰਾਈਸਟ ਦੀ ਗੱਲ ਕਰਦੇ ਆ ਉਹਨਾਂ ਦਾ ਇੱਕੋ ਇੱਕ ਸ਼ਹੀਦ ਹੈ ਜਿਨ੍ਹਾਂ ਨੂੰ ਸਲੀਬ ਤੇ ਚੜਾਇਆ ਗਿਆ ਤੇ ਉਹਨਾਂ ਨੇ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪ੍ਰਚਾਰ ਕਰ ਦਿੱਤਾ ਸਖ ਕੌਮ ਨੂੰ ਅਜੇ ਪ੍ਰਚਾਰ ਕਰਨਾ ਨਹੀਂ ਆਇਆ ਉਸ ਪੱਧਰ ਤੇ ਜਿਸ ਪੱਧਰ ਤੇ ਸਾਨੂੰ ਕਰਨਾ ਚਾਹੀਦਾ ਸੀ ਤੇ ਜੇ ਕੋਈ ਪ੍ਰਚਾਰ ਕਰਦਾ ਵੀ ਆ ਤਾਂ ਉਹਦੀ ਗੱਲ ਜਿਹੜੀ ਆ ਦਬਾ ਦਿੱਤੀ ਜਾਂਦੀ ਆ ਸਾਡੇ ਆਪਣੇ ਹੀ ਉਹਨੂੰ ਪਿੱਛੇ ਨੂੰ ਖਿੱਚਣ ਲੱਗ ਜਾਂਦੇ ਆ ਇਹ ਹੀ ਵੱਡੀ ਤਰਾਸ ਦੀ ਜਿਹੜੀ ਮੈਂ ਦੇਖੀ ਆਪਣੇ ਵਿੱਚ ਏਕਾ ਨਹੀਂ ਹੈਗਾ ਇਸ ਕਰਕੇ ਸਾਡੇ ਵਿੱਚ ਏਕਾ ਨਾ ਹੋਣ ਕਰਕੇ ਫਾਇਦਾ ਕੋਈ ਹੋਰ ਧਿਰ ਲੈ ਰਹੀ ਆ ਥੋੜਾ ਸਾਨੂੰ ਭਾਈ ਸੋਚਣ ਦੀ ਲੋੜ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਉਨ੍ਹਾਂ ਦੇ ਚਰਣਾ ਤੇ ਕਰੋੜਾਂ ਵਾਰ ਨਮਸਕਾਰ ਕਰਦੇ ਹੋਏ ਭੁੱਲ ਚੁੱਕ ਦੀ ਖਿਮਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ ਮੇਰੇ ਤੋਂ ਬੋਲਦਿਆਂ ਤੋਂ ਭਾਈ ਇੱਕ ਨਹੀਂ ਬਹੁਤ ਭੁੱਲਾਂ ਹੋ ਗਈਆਂ ਹੋਣਗੀਆਂ ਆ ਬਾਬਾ ਦੀਪ ਸਿੰਘ ਜੀ ਦਾ ਜੀਵਨ ਸਮੁੰਦਰ ਉਹਦੇ ਵਿੱਚੋਂ ਥੋੜੀਆਂ ਜੀਆਂ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਮੈਂ ਆਪ ਜੀ ਨੂੰ ਇਹੀ ਬੇਨਤੀਆਂ ਕਰਦਾ ਹਾਂ ਭਾਈ ਗੁਰੂ ਵਾਲੇ ਬਣੋ ਅਮਰਤ ਸ਼ਕੋ ਸਿੰਘ ਸਜੋ ਗੁਰੂ ਸਾਹਿਬ ਜੀ ਜੋ ਕਹਿ ਕੇ ਗਏ ਆ ਉਹਨਾਂ ਨੂੰ ਮੰਨਣ ਚ ਸਾਡਾ ਭਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ